ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਬੱਚੇ ਨਾਲ ਹੋਇਆ, ਕੱਲ ਕਿਸੇ ਹੋਰ ਬੱਚੇ ਨਾਲ ਵੀ ਹੋਏਗਾ, ਇਸ ਕਰਕੇ ਮੈਂ ਰੋਡ ਤੇ ਆਈ, ਮੈਂ ਰੋਡ ਮਾਰਚ ਕਰ। ਤੁਹਾਡੇ ਬੇਟੇ ਨਾਲ ਕੀ ਹੋਇਆ ਕੀ? ਮੇਰੇ ਬੇਟੇ ਦਾ 13 ਤਰੀਕ ਨੂੰ ਕਤਲ ਹੋਇਆ, ਸ਼ੁੱਕਰਵਾਰ ਰਾਤ 8 ਵਜੇ। ਅੱਜ 8 ਦਿਨ ਹੋ ਗਏ ਨੇ, ਹਜੇ ਤੱਕ ਸਾਨੂੰ ਕੋਈ ਵੀ ਪੁਲਿਸ ਨੇ ਕੋਈ ਰਿਜ਼ਲਟ ਨਹੀਂ ਮਿਲਿਆ, ਸਾਨੂੰ ਕੋਈ ਬੰਦੇ ਨਹੀਂ ਪਕੜੇ ਉਹਨਾਂ ਨੇ, ਸਾਰੇ ਸ਼ਰੇਆਮ ਘੁੰਮ ਰਹੇ ਨੇ ਪਰ ਪੁਲਿਸ ਕੁਛ ਨਹੀਂ ਕਰ ਰਹੀ। ਤੁਹਾਨੂੰ ਸ਼ੱਕ ਹੈਗਾ ਕਈਆਂ? ਮੈਨੂੰ ਕਿਸੇ 'ਤੇ ਸ਼ੱਕ ਨਹੀਂ, ਇਹ ਤਾਂ ਪੁਲਿਸ ਜਾਣੇਗੀ ਜਾਂ ਜਿਹੜਾ ਬੰਦਾ ਲੈ ਕੇ ਗਿਆ ਕਰੋ ਉਹ ਜਾਣਾ, ਜਿਹੜਾ ਲੈ ਕੇ ਗਿਆ ਸਾਹਿਲ ਸਨ ਆਫ ਜੱਜ ਮੇਰੇ ਘਰੋਂ ਲੈ ਕੇ ਗਿਆ ਮੇਰੇ ਬੱਚੇ ਨੂੰ, ਉਹੀ ਦੱਸੂਗਾ ਵੀ ਉਹ ਕਿੱਥੇ ਲੈ ਕੇ ਗਿਆ, ਕਿਉਂ ਲੈ ਕੇ ਗਿਆ ਅਤੇ ਉਹ ਕੌਣ ਸੀ ਜਿਹੜੇ। ਸੋ ਕਰ ਰਹੀ ਹੈ ਪਰ ਹਜੇ ਤੱਕ ਕੋਈ ਮੈਨੂੰ ਰਿਜ਼ਲਟ ਨਹੀਂ ਮਿਲਿਆ। ਜੇ ਮੈਨੂੰ ਨਾ ਰਿਜ਼ਲਟ ਮਿਲਿਆ ਮੈਂ 4-5 ਦਿਨਾਂ ਦੇ ਬਾਅਦ ਧਰਨੇ ਲਾਵਾਂਗੀ, ਰੋਡ ਬੰਦ ਕਰਾਂਗੀ, ਆਪਣਾ ਕੁਛ ਖਾ ਕੇ ਮਰ ਜਾਵਾਂਗੀ। ਮੈਂ ਤਾਂ ਮੇਰੀ ਬੱਚਾ, ਮੈਂ ਹੋਰ ਸਾਡਾ ਕੋਈ ਵੀ ਨਹੀਂ ਹੈਗਾ, ਮੈਂ ਤਾਂ ਮੇਰੀ ਬੇਟੀ ਹਾਂ। ਅਤੇ ਮੈਂ DC ਉੱਤੇ ਉੱਥੇ ਜਾ ਕੇ ਉੱਥੇ ਕੁਛ ਖਾਵਾਂਗੀ ਅਤੇ ਮਰ ਜਾਵਾਂਗੀ। ਤੁਸੀਂ SSP ਸਾਹਿਬ ਨੂੰ ਮਿਲੇ ਸੀ ਕਿ ਨਹੀਂ? SSP ਸੀ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ, ਸਾਨੂੰ ਉਹਨਾਂ 'ਤੇ ਵਿਸ਼ਵਾਸ ਵੀ ਹੈਗਾ, ਪਰ ਨਹੀਂ ਮੈਂ ਇੰਨੀ ਵੇਟ ਨਹੀਂ ਕਰ ਸਕਦੀ ਕਿਉਂਕਿ ਮੇਰੇ ਬੱਚੇ ਨਾਲ ਸ਼ਰੇਆਮ ਬਾਜ਼ਾਰ ਦੇ ਵਿੱਚ ਉਹ ਚੱਲੀਆਂ, ਚਾਕੂ ਛੁਰੀਆਂ ਚੱਲੀਆਂ, ਕਿਰਚਾਂ ਚੱਲੀਆਂ, ਪਰ ਸ਼ਰੇਆਮ ਉਹਦੇ ਨਾਲ ਇਹ ਹਾਦਸਾ ਹੋਇਆ, ਕੋਈ ਉਹਦੀ ਹੈਲਪ ਨਹੀਂ ਆਇਆ, ਇਹ ਗੁੰਡਾਗਰਦੀ ਸ਼ਰੇਆਮ ਚੱਲਦੀ ਪਈ ਹੈ। ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ, ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ।